Hello everyone this is Sakshi Agarwal from Malir Kotla I welcome you all on Mihenti Bache I hope you all are doing well ਅੱਜ ਇਸ ਵੀਡੀਓ ਦੇ ਵਿੱਚ ਆਪਾਂ ਕਾਫੀ ਇੰਪੋਰਟੈਂਟ ਕਰੰਟ ਅਫੇਅਰ ਡਿਸਕਸ ਕਰਨ ਜਾ ਰਹੇ ਹਾਂ ਜਿਹੜੇ ਆਉਣ ਵਾਲੇ ਐਗਜ਼ਾਮਸ 'ਚ ਤੁਹਾਨੂੰ ਡਾਇਰੈਕਟਲੀ ਆ ਸਕਦੇ ਆ ਲਾਈਕ ਰਿਪੋਰਟ ਐਂਡ ਇੰਡੈਕਸਸ ਦੈਨ ਸਾਇੰਸ ਐਂਡ ਟੈਕਨੋਲੋਜੀ ਦੈਨ ਪਰਸਨਲੀ ਨਿਊਜ਼ ਓਕੇ ਸੋ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਅਗਰ ਤੁਸੀਂ ਚਾਹਦੇ ਹੋ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਰੀਸੀਵ ਹੁੰਦੀ ਰਹੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਿਹੜੇ ਵੀ ਸਟੂਡੈਂਟਸ ਫਸਟ ਟਾਈਮ ਇਹ ਵੀਡੀਓ ਨੂੰ ਦੇਖ ਰਹੇ ਨੇ ਤੇ ਜਿਨ੍ਹਾਂ ਨੇ ਜਨਵਰੀ ਕਰੰਟ ਅਫੇਅਰਸ ਦਾ ਪਾਰ ਉਵੀ ਦੇਖੋ ਆਨਵਲ Экਜ਼ਾਮਸ ਤੋਂ ਤੁਹਾਨੂੰ ਕਾਫੀ ਯੂਸਫੁਲ ਰਹਿਣਗੇ ਕੋਰੰਟ ਅਫੇਅਰਸ ਸੋ ਇਸ ਤੋਂ ਇਲਾਵਾ ਚੈਨਲ ਦੇ ਉੱਪਰ ਤੁਹਾਨੂੰ ਰੀਜ਼ਨਿੰਗ ਇੰਗਲਿਸ਼ ਪੋਲੀਟੀ ਮਾਡਰਨ ਹਿਸਟਰੀ ਉਸ ਤੋਂ ਇਲਾਵਾ ਕੁਝ ਹੋਰ ਸਟੈਟਿਕ ਟਾਪਿਕਸ ਦੇ ਉੱਪਰ ਵੀਡੀਓਜ਼ ਮਿਲ ਜਾਣਗੀਆਂ ਸੋ ਤੁਸੀਂ ਪਲੇਲਿਸਟ ਜਾ ਕੇ ਚੈੱਕ ਕਰ ਸਕਦੇ ਹੋ ਸੋ ਸਟਾਰਟ ਕਰਦੇ ਆਂ ਅੱਜ ਦੀ ਡਿਸਕਸ਼ਨ ਸਭ ਤੋਂ ਪਹਿਲਾਂ ਰਿਪੋਰਟ ਐਂਡ ਇੰਡੈਕਸਸ ਤੋਂ ਸਟਾਰਟ ਕਰਾਂਗੇ ਓਕੇ ਸਭ ਤੋਂ ਪਹਿਲਾ ਕਰੰਟ ਅਫੇਅਰ ਹੈ ਰਿਗਾਰਡਿੰਗ ਇੰਡੀਆਜ਼ ਸਟੀਲ ਡਿਮਾਂਡ ਰਿਪੋਰਟ ਤੁਹਾਨੂੰ ਰਿਪੋਰਟ ਦੇ ਬਾਰੇ ਪਹਿਲਾਂ ਤਾਂ ਇਹ ਪਤਾਉਣਾ ਚਾਹੀਦਾ ਹੈ ਕਿ ਇਹਦੇ ਬਾਰੇ ਕੀ-ਕੀ ਚੀਜ਼ਾਂ ਮੇਨ ਪਤਾਉਨੀਆਂ ਚਾਹੀਦੀਆਂ ਨੇ ਓਕੇ ਰਿਪੋਰਟ ਬਾਰੇ ਇੱਕ ਤਾਂ ਹੋ ਗਿਆ ਕਿ ਕਿਨੇ ਰਿਪੋਰਟ ਰਿਲੀਜ਼ ਕੀਤੀ ਸਭ ਤੋਂ ਪਹਿਲੀ ਗੱਲ ਸੈਕੰਡ ਟੌਪ ਕਿਨੇ ਕੀਤਾ ਥਰਡ ਇੰਡੀਆ ਦਾ ਕੀ ਰੈਂਕ ਰਿਆ ਯਾ ਫੋਰਥ ਕੋਈ ਵੀ ਇੰਪੋਰਟੈਂਟ ਚੀਜ਼ ਜਿਹੜੀ ਉਹ ਰਿਪੋਰਟ ਨਾਲ ਰਿਲੇਟਡ ਹੋਵੇ ਉਹ ਓਕੇ ਮੇਨ ਆਹ ਤਿੰਨ ਚੀਜ਼ਾਂ ਦੇ ਬਾਰੇ ਪਤਾਉਣਾ ਚਾਹੀਦਾ ਸੋ ਹੁਣ ਦੇਖੋ ਸਭ ਤੋਂ ਪਹਿਲਾਂ ਕਿ ਇੰਡੀਆਜ਼ ਸਟੀਲ ਡਿਮਾਂਡ ਰਿਪੋਰਟ ਰੀਲੀਸ ਕਿਨੇ ਕੀਤੀ ਹੈ ਵਰਡ ਸਸਟੇਨੇਬਲ ਡਵੈਲਪਮੈਂਟ ਸਮਿਟ ਨੇ ਓਕੇ ਇਹਦੇ ਵਿੱਚ ਬੇਸਿਕਲੀ ਕੀ ਕਿਹਾ ਗਿਆ ਕਿ ਕਾਰਬਨ ਡਾਇਆਕਸਾਈਡ ਐਮਿਸ਼ਨਸ ਹੈ ਜਿਹੜੇ ਓਕੇ ਉਹ 600 ਮਿਲੀਅਨ ਟਨਸ ਤੱਕ ਪਹੁੰਚਣਗੇ ਬਾਏ 2050 ਅਗਰ ਸਟੀਲ ਦੀ ਡਿਮਾਂਡ ਇਸ ਤਰੀਕੇ ਨਾਲ ਹੀ ਕੰਟੀਨਿਊ ਰਹੀ ਥੈਨ ਨੈਕਸਟ ਕਰੰਟ ਅਫੇਅਰ ਹੈ बेस्ट परफॉर्मिंग स्टेट इन टर्म्स ऑफ अचीविंग सस्टेनेबल डेवेल्पमेंट गोल्स अगर आप इंडियन स्टेट्स की गल करिए जीडी कि रैंकिंग यू एंड डी बी दैट इज़ यूनाइटेड नेशन डेवलपमेंट प्रोग्राम ने दीती सो so, उस रैंकिंग बैस्ट परफॉर्मिंग स्टेट या बोल सकते हो फस्ट रैंक स्टेट रही तेलंगाना ओके okay. दैन नैक्सट करंट अफेयर है रिगार्डिंग डेमोक्रेसी इंडैक्स डेमोक्रेसी इंडैक्स निलज कौन कर है ई आई यू दैट इज़ इकनॉमिक इंटैलीजेंस यूनिट ओके ਇਦੇ ਵਿੱਚ ਟੌਪ ਕਿਨੇ ਕੀਤਾ ਨਾਰਵੇ ਨੇ ਤੇ ਇੰਡੀਆ ਦੀ ਰੈਂਕਿੰਗ ਜਿਹੜੀ ਹੈ ਇਸ ਵਾਰੀ ਉਹ ਥੋੜੀ ਖਰਾਬ ਹੋ ਗਈ 51 ਰੈਂਕ ਹੈ ਇੰਡੀਆ ਦਾ ਉਹ ਕਿਉਂ ਹੋਈ ਹੈ ਬਿਕੋਜ਼ ਆਪਾਂ ਨੂੰ ਪਤਾ ਨਾ ਕਾਫੀ ਸਾਰੇ ਮੁੱਦੇ ਚੱਲ ਰਹੇ ਇੰਡੀਆ ਦੇ ਵਿੱਚ ਲਾਈਕ ਸੀਏ ਐਨਆਰਸੀ ਜੰਮੂ ਕਸ਼ਮੀਰ ਨੂੰ ਲੈ ਕੇ ਸੋ ਇਸ ਲਈ ਇੰਡੀਆ ਦੀ ਰੈਂਕਿੰਗ ਇੰਡੈਕਸ ਕਾਫੀ ਜ਼ਿਆਦਾ ਕੱਟ ਗਈ ਓਕੇ ਯਾਦ ਰੱਖਿਓ ਕਿੰਨੀ ਹੈ 51 ਤੇ ਇਹਨੂੰ ਰਿਲੀਜ਼ ਕੌਣ ਕਰਦਾ ਹੈ ਇਕਨੋਮਿਕ ਇੰਟੈਲੀਜੈਂਸ ਯੂਨਿਟ ਓਕੇ ਥੈਨ ਨੈਕਸਟ ਹੈ ট্রান্সਪੇਰੈਂਸੀ ਇੰਟਰਨੈਸ਼ਨਲ ਇੱਕ ਸਰਵੇ ਕੀਤਾ ਰਿਗਾਰਡਿੰਗ ਬਜਟ ਫਾਰਮੂਲੇਸ਼ਨ ਕਿ ਬਜਟ ਜਿਹੜਾ ਹੈ ਠੀਕ ਹੈ ਉਹਨੂੰ ਬਣਾਉਣ ਦੀ ਪ੍ਰੋਸੈਸ ਕਿੰਨੇ ਕਹਿ ਕਿੰਨਾ ਕਾ ਹੋ ਸਿਟੀਜ਼ਨਸ ਦੇ ਲਈ ਯੂਸਫੁਲ ਸਾਬਿਤ ਹੁੰਦਾ ਹੈ ਸੋ ਉਹ ਉਹ ਸਾਰੇ ਬੇਸਿਸ ਦੇ ਉੱਪਰ ਟਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਇੱਕ ਸਰਵੇ ਕੀਤਾ ਓਕੇ ਉਹ ਸਰਵੇ ਦੇ ਮੁਤਾਬਿਕ ਅਗਰ ਆਪਾਂ ਕਹੀਏ ਕਿ ਜਿਹੜਾ ਬੈਸਟ ਬਜਟ ਫਾਰਮੂਲੇਸ਼ਨ ਹੈ ਉਹਦੇ ਵਿੱਚ ਟੌਪ ਕਿਨੇ ਕੀਤਾ ਹੈ ਅਸਾਮ ਨੇ ਲੋ ਰੈਂਕ ਤੇ ਗੋਆ ਮਹਾਰਾਸ਼ਟਰਾ ਤੇ ਆਪਣਾ ਪਿਆਰਾ ਪੰਜਾਬ ਵੀ ਰਿਹਾ ओके okay, देखो पंजाब ਦੇ ਇਗਜ਼ਾਮਸ ਦੇ ਵਿੱਚ ਨਾ ট্রান্সਪੇਰੈਂਸੀ ਇੰਟਰਨੈਸ਼ਨਲ ਦੇ ਉੱਪਰ ਕਾਫੀ ਜ਼ਿਆਦਾ ਕੁਐਸਚਨਸ ਦੇਖਣ ਨੂੰ ਮਿਲਦੇ ਹੈ ਅਗਰ ਆਪਾਂ ਪੀਪੀਐਸਸੀ ਦੀ ਗੱਲ ਕਰੀਏ ਤਾਂ ਉੱਛ ਤੱਕ 2-3 ਵਾਰ ਆ ਚੁੱਕਾ ਸੋ ট্রান্সਪੇਰੈਂਸੀ ਇੰਟਰਨੈਸ਼ਨਲ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਬੇਸਿਕਲੀ ਇੱਕ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਮੈਜ਼ਰ ਕਰਦੀ ਹੈ ਤੇ ਬਚਾਉਂਦੀ ਹੈ ਕ੍ਰਿਮੀਨਲ ਐਕਟੀਵਿਟੀਆਂ ਤੋਂ ਜਿਹੜੀਆਂ ਕਿ ਕਰਪਸ਼ਨ ਦੇ ਕਾਰਨ ਹੁੰਦੀਆਂ ਨੇ ओके ਤੇ ਤੁਸੀਂ ਇਹ ਵੀ ਗੱਲ ਯਾਦ ਰੱਖਣੀ ਹੈ ਕਿ ਜਿਹੜੀ ট্রান্সਪੇਰੈਂਸੀ ਇੰਟਰਨੈਸ਼ਨਲ ਹੈ ਗਲੋਬਲ ਕਰਾਪਸ਼ਨ ਇੰਡੈਕਸ ਉਹ ਰਿਲੀਜ਼ ਕਰਦੀ ਹੈ ਤੇ ਇਹਦਾ ਹੈੱਡਕੁਆਰਟਰ ਜਿਹੜਾ ਹੈ ਉਹ ਜਰਮਨੀ ਦੇ ਵਿੱਚ ਹੈ ਸੋ ਇਹਦੇ ਵਿੱਚ ਆਪਾਂ ਨੇ ਬੇਸਿਕਲੀ ਕੀ ਪੜਿਆ ਕਿ ট্রান্সਪੇਰੈਂਸੀ ਇੰਟਰਨੈਸ਼ਨਲ ਨੇ ਉਸ ਕਿਉਂ ਸੀ ਕਿਉਂਕਿ ਉਹਨੇ ਇੱਕ ਬਜਟ ਸੌਰੀ ਇੱਕ ਸਰਵੇ ਕੀਤਾ ਬਜਟ ਫਾਰਮੂਲੇਸ਼ਨ ਦੇ ਉੱਪਰ ਜਿਹਦੇ ਵਿੱਚ ਟੌਪ ਕੀਤਾ ਹੈ ਅਸਾਮ ਨੇ ਪੰਜਾਬ ਦੇ ਵਿੱਚ ਰਹਨੇ ਤਾਂ ਪੰਜਾਬ ਬਾਰੇ ਪਤਾਉਣਾ ਚਾਹੀਦਾ ਹੈ ਪੰਜਾਬ ਦੋਦੇ ਵਿੱਚ ਕੁਝ ਅੱਛਾ ਰੈਂਕ ਨਹੀਂ ਰਿਹਾ ओके okay, अगर आप ट्रांसपेरेंसी इंटरनेशनल बारे पढिए तो एक नॉन गवर्नमेंट ऑर्गेनाइजेशन है जेडी की क्रिमिनल एक्टिविटीज नु मेजर ਵੀ ਕਰਦੀ ਹੈ ਤੇ ਉਹਨਾਂ ਤੋਂ ਬਚਾਂਦੀ ਵੀ ਹੈ ਜਿਹੜੀਆਂ ਕਿ ਕ腐ਸ਼ਨ ਦੇ ਕਾਰਨ ਹੁੰਦੇ ਆ ਠੀਕ ਹੈ ਕ腐ਸ਼ਨ ਮੇਨ ਵਰਡ ਯਾਦ ਰੱਖੋ ਤੇ ਕ腐ਸ਼ਨਲ ਰਿਲੇਟਿਡ ਇੱਕ ਇੰਡੈਕਸ ਜਿਹਦਾ ਨਾਮ ਹੈ ਗਲੋਬਲ ਕ腐ਸ਼ਨ ਇੰਡੈਕਸ ਉਹ ਰਿਲੀਜ਼ ਕਰਦੀ ਹੈ ট্রান্সਪੇਰੈਂਸੀ इंटरनेशनल ਤੇ ਦਾ ਹੈੱਡਕੁਆਰਟਰ ਕਿੱਥੇ ਹੈ ਜਰਮਨੀ ਆਈ ਹੋਪ ਹੁਣ ਤੁਹਾਨੂੰ ਯਾਦ ਹੋ ਗਿਆ ਹੋਗਾ ਸੋ ਨੈਕਸਟ ਆਪਣੇ ਕੋਲ ਰੈਂਕ ਹੈ ਰਿਗਾਰਡਿੰਗ ਗਲੋਬਲ ਸੋਸ਼ਲ ਮੋਬਿਲਿਟੀ ਇੰਡੈਕਸ ਇਨੂੰ ਲਾਂਚ ਕੌਣ ਕਰਦਾ ਵਰਡ ਇਕਨੋਮਿਕ ਫਾਰਮ ਵਰਡ ਇਕਨੋਮਿਕ ਫਾਰਮ ਨਾਲ ਰਿਲੇਟਡ ਜਿਹੜੇ ਵੀ ਇੰਡੈਕਸ ਹੁੰਦੇ ਆ ਨਾ ਉਹ ਵੀ ਕਾਫੀ ਇੰਪੋਰਟੈਂਟ ਹੁੰਦੇ ਆ ਸੋ ਇਹਨੂੰ ਯਾਦ ਰੱਖਿਓ ਗਲੋਬਲ ਸੋਸ਼ਲ ਮੋਬਿਲਿਟੀ ਇੰਡੈਕਸ ਓਕੇ ਇਹ ਕੀ ਮੈਜ਼ਰ ਕਰਦੀ ਹੈ ਕਿ ਪਾਪੂਲੇਸ਼ਨ ਦੀ ਮੋਬਿਲਿਟੀ ਕਿੰਨੀ ਹੈ ਵਰਲਡਵਾਈਡ ਓਕੇ ਇਹਦੇ ਵਿੱਚ ਟੌਪ ਕੀਤਾ ਡੈਨਮਾਰਕ ਨੇ ਤੇ ਇੰਡੀਆ ਦੀ ਰੈਂਕਿੰਗ ਕਿੰਨੀ ਰਹੀ 76 ਜਿਹੜੀ ਆਪਾਂ ਨੇ ਡੈਮੋਕਰੇਸੀ ਵਾਲਾ ਪੜਿਆ ਉਸ 51 ਪੜਿਆ ਸੀ ਨਾ ਸੋ ਇਹਦੇ ਵਿੱਚ ਕਿੰਨਾ ਹੈ 76 टोटल कंट्रीजाए ना याद रखो इंडिया का रैंक पता होना चाहिए देन, नैक्सट करंट अफेयर है रिगार्डिंग सी आर दैट इज सेंटर फॉर इकनोमिक्स एंड बिजनेस रिसर्च रिपोर्ट ओके ये रिपोर्ट के मुताबिक ट्वेंटी ट्वेंटी सिक्स तक जी इंडिया है वह जर्मनी ओवरटेक करके फोर्थ लार्जसट इकोनमी बन जू ਤੇ 2034 ਤੱਕ ਇੰਡੀਆ ਜੋ ਹੈ ਉਹ ਜਾਪਾਨ ਨੂੰ ਓਵਰਟੇਕ ਕਰਕੇ ਥਰਡ ਲਾਰਜੈਸਟ ਇਕਨੋਮੀ ਬਣੂ ਨੈਕਸਟ ਕਰੰਟ ਅਫੇਅਰ ਹੈ ਰਿਗਾਰਡਿੰਗ ਸਵਚ ਸਰਵੇਕਸ਼ਨ ਲੀਗ ਓਕੇ ਇਹਨੂੰ ਰੀਲੀਜ਼ ਕਿਨੇ ਕੀਤਾ ਹੈ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰ ਇਹਦੇ ਵਿੱਚ ਟੋਪ ਕਿਨੇ ਕੀਤਾ ਹੈ ਇੰਦੌਰ ਨੇ ਕਿ ਇੰਦੌਰ ਦੇ ਵਿੱਚ ਕਾਫੀ ਜ਼ਿਆਦਾ ਸਟੈਪਸ ਉਠਾਏ ਜਾ ਰਹੇ ਹਨ ਸਿਟੀ ਨੂੰ ਕਲੀਨ ਰੱਖਣ ਦੇ ਲਈ ਜਿਹੜਾ ਵੇਸਟ ਵਾਟਰ ਹੈ ਉਹਨੂੰ ਰੀਸਾਈਕਲ ਕੀਤਾ ਜਾ ਰਿਹਾ ਹੈ ਅਲੱਗ-ਅਲੱਗ ਐਕਟੀਵਿਟੀਆਂ ਦੇ ਵਿੱਚ ਯੂਜ਼ ਕੀਤਾ ਜਾ ਰਿਹਾ ਹੈ ਸੋ ਉਹ ਸਭ ਨਾਲ ਰਿਲੇਟਡ ਹੈ ਓਕੇ ਥੈਨ ਨੈਕਸਟ ਹੈ ਗਲੋਬਲ ਇਨਵੈਸਟਮੈਂਟ ਟ੍ਰੈਂਡ ਰਿਪੋਰਟ ਇਹਨੂੰ ਰਿਲੀਜ਼ ਕਿਨੇ ਕੀਤਾ ਯੂਐਨਸੀ ਟੀਏਡੀ ਥੈਟ ਇਜ਼ ਯੂਨਾਈਟਿਡ ਨੇਸ਼ਨ ਕਾਨਫਰੰਸ ਔਨ ਟ੍ਰੇਡ ਐਂਡ ਡਿਵੈਲਪਮੈਂਟ ਸੋ ਇਹਦੇ ਵਿੱਚ ਜਿਹੜਾ ਇੰਡੀਆ ਹੈ ਉਹ ਟੌਪ 10 ਜਿਹੜੀ ਕੰਟਰੀਜ਼ ਦੇ ਵਿੱਚ ਐਫਡੀਆਈ ਰਿਸੀਵ ਕੀਤੀ ਹੁੰਦੀ ਹੈ ਉਹਨਾਂ ਵਿੱਚ ਇੰਡੀਆ ਵੀ ਟੌਪ 10 ਚ ਹੈ ਓਕੇ ਥੈਨ ਨੈਕਸਟ ਹੈ ਰਿਗਾਰਡਿੰਗ ਹੈਂਡਲੈ ਪਾਸਪੋਰਟ ਇੰਡੈਕਸ ਇਹ ਠੀਕ ਹੈ ਜਿਹੜਾ ਹੈਂਡਲੇ ਪਾਸਪੋਰਟ ਇੰਡੈਕਸ ਹੈ ਇਹਦੇ ਵਿੱਚ ਟੌਪ ਕਿਨਾਂ ਕੀਤਾ ਜਪਾਨ ਨੇ ਇਹਦਾ ਮਤਲਬ ਕੀ ਹੈ ਕਿ ਜਪਾਨ ਦਾ ਜਿਹੜਾ ਪਾਸਪੋਰਟ ਹੈ ਵਰਡ ਦਾ ਸਟਰੋਂਗੇਸਟ ਪਾਸਪੋਰਟ ਹੈ ওকে ਥੈਨ ਨੈਕਸਟ ਕਰੰਟ ਅਫੇਅਰ ਹੈ ਰਿਗਾਰਡਿੰਗ ਮਿਨਿਸਟਰੀ ਆਫ ਜਲ ਸ਼ਕਤੀ ਦੇਖੋ ਮਿਨਿਸਟਰੀ ਆਫ ਜਲ ਸ਼ਕਤੀ ਵੀ ਨਾ ਕਾਫੀ ਵਾਰ ਐਗਜ਼ਾਮਸ 'ਚ ਦੇਖਣ ਨੂੰ ਮਿਲਦੀ ਹੈ ਅਗਰ ਇਹ ਨਿਊਜ਼ ਚ ਹੋਵੇ ਨਾ ਇਹਦੇ ਰਿਗਾਰਡਿੰਗ ਕਦੇ ਨਾ ਕਦੇ ਕੁਐਸਚਨ ਆ ਜਾਂਦਾ ਹੈ ਸੋ ਮਿਨਿਸਟਰੀ ਆਫ ਜਲ ਸ਼ਕਤੀ ਨੇ ਰਿਲੀਜ਼ ਕੀਤੀ ਹੈ ਇੱਕ ਰੈਂਕਿੰਗ ਓਕੇ स्टेट वाटर डिपार्टमेंट ਤੇ सेंट्रल वाटर डिपार्टमेंट ਦੀ ਬੇਸਡ ਔਨ देयर एफिशिएंसी ਟਾਰਗੇਟਸ ਕਿ ਉਹ ਕਿੰਨਾ ਕੁ ਕੰਮ ਕਰ ਰਹੇ ਨੇ ਠੀਕ ਹੈ స్టేਟ वाटर डिपार्टमेंट ਦੀ ਅਲੱਗ ਕੱਡੀ ਹੈ ਸੈਂਟਰਲ ਵਾਟਰ ਡਿਪਾਰਟਮੈਂਟ ਦੀ ਅਲੱਗ ਕੱਡੀ ਹੈ ਸੋ స్టేਟ ਵਾਟਰ ਡਿਪਾਰਟਮੈਂਟ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਗੁਜਰਾਤ ਨੇ ਟਾਪ ਕੀਤਾ ਹੈ ਸੈਂਟਰਲ ਵਾਟਰ ਡਿਪਾਰਟਮੈਂਟ ਦੇ ਵਿੱਚ ਸਰਵੇ ਆਫ ਇੰਡੀਆ ਨੇ ਟਾਪ ਕੀਤਾ ਹੈ ਥੈਨ ਨੈਕਸਟ ਕਰੰਟ ਅਫੇਅਰ ਹੈ ਰਿਗਾਰਡਿੰਗ ਗਲੋਬਲ ਰਿਸਕ ਰਿਪੋਰਟ ਗਲੋਬਲ ਰਿਸਕ ਰਿਪੋਰਟ ਨੂੰ ਵੀ ਵਰਲਡ ਇਕਨੋਮਿਕ ਫੋਰਮ ਨੇ ਰੀਲੀਜ਼ ਕੀਤਾ ਹੈ ਬਿਨਾ ਦੇਖੇ ਨਾ ਬਿਨਾ ਵੀਡੀਓ ਦੇ ਵਿੱਚ ਦੁਬਾਰਾ ਦੇਖੇ ਤੁਸੀਂ ਕਮੈਂਟ ਸੈਕਸ਼ਨ ਚ ਦੱਸੋ ਕਿ ਵਰਡ ਇਕਨੋਮਿਕ ਫਾਰਮ ਨੇ ਹੋਰ ਕਿਹੜੀ ਰਿਪੋਰਟ ਰਿਲੀਜ਼ ਕੀਤੀ ਹੈ ਜਿਹਦੇ ਬਾਰੇ ਆਪਾਂ ਹੁਣੇ ਡਿਸਕਸ ਕੀਤਾ ਸੀ ਐਵੇਂ ਸੋਚਿਆ ਕਰੋ ਠੀਕ ਹੈ ਚੀਜ਼ਾਂ ਇੱਧਰ ਉੱਧਰ ਚੱਲਦੇ ਹੋਏ ਆ ਜਾਂਦੇ ਹੋਏ ਤਾਂ ਹੀ ਆਦੋਂ ਗਿਆਕਰ ਤੁਸੀਂ ਸੋਚੋ ਨਾ ਇੰਡੈਕਸ ਵਿੱਚ ਇੱਕ ਵਾਰ ਪੜ੍ਹ ਲਿਆ ਯਾਦ ਹੋ ਗਿਆ ਐਵੇਂ ਨਹੀਂ ਹੋਣਾ बार-बार ਤੁਹਾਨੂੰ ਚੀਜ਼ ਨੂੰ ਯਾ ਤਾਂ ਰਿਵਾਈਜ਼ ਕਰੋ ਯਾ ਉਹਨੂੰ ਆਪਣੇ ਦਿਮਾਗ 'ਚ ਸੋਚੋ ਉਹਦੇ ਬਾਰੇ ਕਿ ਮੈਂ ਉਸ ਚਾਵੇਂ ਪੜ੍ਹਿਆ ਸੀ ਠੀਕ ਹੈ ਸੋ ਇਸ ਇਨਾਂ ਤਰੀਕਿਆਂ ਨਾਲ ਹੀ ਚੀਜ਼ਾਂ ਯਾਦ ਰਹਿੰਦੀਆਂ ਨੇ ਸੋ ਗਲੋਬਲ ਰਿਸਕ ਰਿਪੋਰਟ ਵਰਲਡ ਇਕਨੋਮਿਕ ਫੋਰਮ ਨੇ ਰਿਲੀਜ਼ ਕੀਤਾ ਇਹਦੇ ਵਿੱਚ ਕੀ ਕਿਹਾ ਗਿਆ ਕਿ ਜਿਹੜਾ ਸਭ ਤੋਂ ਜ਼ਿਆਦਾ ਰਿਸਕ ਹੈ ਉਹ ਕਾਦੇ ਨਾਲ ਹੈ ਕਲਾਈਮੇਟ ਰਿਲੇਟਡ ਰਿਸਕ ਮੀਨਸ ਕਲਾਈਮੇਟ ਚੇਂਜ ਹੋ ਰਿਹਾ ਹੈ ਹੁਣ ਗਰਮੀਆਂ ਚ ਜ਼ਿਆਦਾ ਗਰਮੀ ਸਰਦੀਆਂ ਚ ਜ਼ਿਆਦਾ ਸਰਦੀ ਉਹਦੇ ਕਰਕੇ ਸਭ ਤੋਂ ਵੱਡਾ ਰਿਸਕ ਹੈ ਅੱਜ ਕੱਲ ਜਿਹੜੀ ਲਾਈਫ ਨੂੰ ਓਕੇ दैन नैक्सट रिगार्डिंग स्टेट एनर्जी एफिशियंसी इंडैक्स जो स्टेट एनर्जी एफिशियंसी इंडैक्स है उन्होंने लॉन्च किता है बी दैट इज ब्यूरो ऑफ एनर्जी एफिशियंसी along with alliance for energy efficiency efficient economy okay main jehda tusi naam yaad rakhna hai bee da yaad rakhna hai then ede vich top kinne kita hai himachal pradesh haryana te puducherry so next current affair hai regarding world bank world bank ne global economic prospect nu release kita theek hai jehda ki eh dasda hai ki jehdi world economic growth hai oh kinni hai 2.5% then ਨੈਕਸਟ ਕਰੰਟ ਅਫੇਅਰ ਹੈ ਰਿਗਾਰਡਿੰਗ ਪਰਸੋਨਲ ਨਿਊਜ਼ ਹੁਣ ਇੰਡੈਕਸ ਹੋ ਗਏ 13 ਇੰਡੈਕਸ ਨੇ ਠੀਕ ਹੈ ਇਹਨਾਂ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਿਓ ਕੋਬੇ ਬ੍ਰਾਇੰਟ ਕਾਫੀ ਨਿਊਜ਼ ਸੀ ਬਿਕਾਜ਼ ਇਹਨਾਂ ਦੀ ਤੇ ਇਹਨਾਂ ਦੀ ਬੇਟੀ ਦੀ ਡੈਥ ਹੋ ਗਈ ਸੀ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਇਹ ਪੇਪਰ ਚ ਆ ਸਕਦਾ ਹੈ ਕੁਐਸਚਨ ਇਹ ਕੌਣ ਹੈ ਇਹ ਬੇਸਿਕਲੀ NBA दैट इज ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਦੇ ਰਿਟਾਇਰਡ ਸਟਾਰ ਹੈ ਓਕੇ ਤੇ ਇਨਾਂ ਨੇ ਦੋ ਵਾਰ 골ਡ ਮੈਡਲ ਹਾਸਲ ਕੀਤਾ 올림픽ਸ ਦੇ ਵਿੱਚ 81 2008 ਦੇ ਵਿੱਚ ਤੇ 81 2012 ਮੀਨਸ 2012 ਦੇ ਵਿੱਚ ਸੋ ਯਾਦ ਰੱਖਿਓ ਇਹਨਾਂ ਬਾਰੇ ਕੁਐਸਚਨ ਆ ਸਕਦਾ ਹੈ ਸੋ ਨੈਕਸਟ ਕਰੰਟ ਅਫੇਅਰ ਹੈ ਰਿਗਾਰਡਿੰਗ ਸਾਇੰਸ ਐਂਡ ਟੈਕਨੋਲੋਜੀ ਪੇਪਰ ਚ ਸਿੱਧਾ ਟਰਮ ਆਜੂਗੀ ਕਿ ਵਾਟ ਡੂ ਯੂ ਮੀਨ ਬਾਈ ਨੇਸਟ ਨੇਸਟ ਨਿਊਜ਼ ਸੀਏ ਹੈ ਕੀ ਚੀਜ਼ ਇਹ ਬੇਸਿਕਲੀ ਇੱਕ ਤਰੀਕੇ ਦਾ ਸੈਟਅਪ ਹੈ ਜਿਹੜਾ ਕਿ ਇਨਵੈਸਟਮੈਂਟ ਕੋਆਰਡੀਨੇਸ਼ਨ ਨੂੰ ਵਿਵਹਾਰਨ ਦੇ ਲਈ ਜਿਹਨੂੰ ਕਿ ਸੈੱਟ ਕੀਤਾ ਗਿਆ ਓਕੇ ਤੇ ਇਹਦੀ ਫੁੱਲ ਫਾਰਮ ਕੀ ਹੈ ਨਿਊ ਐਂਡ ਅਮਰਜਿੰਗ ਸਟ੍ਰੈਟੈਜਿਕ ਟੈਕਨੋਲੋਜੀਸ ਇਹਨੂੰ ਸੈਟ ਅਪ ਕਿਨੇ ਕੀਤਾ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਓਕੇ ਮੀਨਸ ਇਹਦੇ ਵਿੱਚ ਇਨਵੈਸਟਮੈਂਟ ਬਾਕੀ ਕੰਟਰੀਜ਼ ਵੀ ਆ ਕੇ ਕਰਨ ਇੰਡੀਆ ਦੇ ਵਿੱਚ ਤੇ ਇੰਡੀਆ ਦੇ ਵਿੱਚ ਸਟੇਟ ਲੈਵਲ ਤੇ ਵੀ ਇਨਵੈਸਟਮੈਂਟ ਹੋਵੇ ਐਵੇਂ ਦੀ ਗੱਲਾਂ ਕੀਤੀਆਂ ਗਈਆਂ ਇਹਦੇ ਵਿੱਚ ਸੋ ਨੈਕਸਟ ਸੈਕੰਡ ਕਰੰਟ ਅਫੇਅਰ ਹੈ ਰਿਗਾਰਡਿੰਗ ਮੈਸਿਵ ਹਿਊਮਨ ਸਪੇਸ ਫਲਾਈਟ ਸੈਂਟਰ ਇਹਨੂੰ ਕਿੱਥੇ ਇਨੋਗਰੇਟ ਕੀਤਾ ਗਿਆ ਕਰਨਾਟਕਾ ਦੇ ਚਾਲਾਕਰ ਦੇ ਵਿੱਚ ਓਕੇ ਤੇ ਕੀ ਨੇ ਕੀਤਾ ਇਸਰੋ ਨੇ ਨੈਕਸਟ ਹੈ ਰਿਗਾਰਡਿੰਗ ਏਸੈਟ ਵੈਪਨ ਸਿਸਟਮ ਇੰਪੋਰਟੈਂਟ ਹੈ ਏਸੈਟ ਵੈਪਨ ਸਿਸਟਮ ਦੇ ਵਿੱਚ ਏਸੈਟ ਦੀ ਸਭ ਤੋਂ ਪਹਿਲਾਂ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਹੈ ਇਹਦਾ ਮਤਲਬ ਕੀ ਹੈ ਐਂਟੀ ਸੈਟੇਲਾਈਟ ਵੈਪਨ ਸਿਸਟਮ ਐਂਟੀ ਸੈਟੇਲਾਈਟ ਮਤਲਬ ਜਿਹੜਾ ਸੈਟੇਲਾਈਟ ਨੂੰ ਤਬਾਹ ਕਰੇ ਐਂਟੀ ਦਾ ਮਤਲਬ ਆਪੋਜ਼ਿਟ ਹੁੰਦਾ ਹੈ ਨਾ ਸੋ ਇੱਥੇ ਤੁਸੀਂ ਥੋੜਾ ਯਾਦ ਰੱਖਿਓ ਐਂਟੀ ਸੈਟੇਲਾਈਟ ਵੈਪਨ ਸਿਸਟਮ ओके एंड यूज्ड क्यों से बिकॉज़ ਜਿਹੜੀ ਰਿਪਬਲਿਕ ਡੇ ਪ੍ਰੇਡ ਸੀ ਇਸ ਸਾਲ ਡੀਆਰਡੀਓ ਨੇ ਉਹਦੇ ਵਿੱਚ ਡਿਸਪਲੇ ਕੀਤਾ ਓਕੇ यूएस चाइना रशिया ਤੋਂ ਬਾਅਦ ਇੰਡੀਆ ਇੱਕ ਐਸੀ ਇਕਲੋਤੇ ਕੰਟਰੀ ਹੈ ਜਿਹੜੀ ਕਿ ਇਹ ਟੈਕਨੋਲੋਜੀ ਦੀ ਮਾਲਕ ਹੈ ਮੀਨਸ ਜਿਹਦੇ ਕੋਲ ਇਹ ਟੈਕਨੋਲੋਜੀ ਹੈ ਓਕੇ ਦੈਨ ਹੁਣ ਅਗਰ ਆਪਾਂ ਗੱਲ ਕਰੀਏ ਇਸ ਐਟਮਿਸ਼ਨ ਦੀ ਤਾਂ ਉਹਦੇ ਨਾਲ ਇੱਕ ਰਿਲੇਟਡ ਹੋਰ ਮਿਸ਼ਨ ਹੈ ਮਿਸ਼ਨ ਸ਼ਕਤੀ मिशन शक्ति जो है वो बेसिकली फर्स्ट एसेट मिशन थी जिन्हो जिदे ਵਿੱਚ ਕੀ ਇੱਕ ਲਾਈਵ ਆਰਬਿਟਿੰਗ ਸੈਟੇਲਾਈਟ ਨੂੰ ਜੋ ਕਿ ਅਰਥ ਦੇ ਲੋਅਰ ਆਰਬਟਰ ਦੇ ਵਿੱਚ ਸੀ ਉਹਨੂੰ ਡਿਸਟਰੋਏ ਕੀਤਾ ਗਿਆ ਸੀ ਇਸ ਮਿਸ਼ਨ ਦੇ ਅੰਡਰ ਸੋ ਇਹ ਕਾਫੀ ਇੰਪੋਰਟੈਂਟ ਸੀ ਉਸ ਟਾਈਮ ਕਾਫੀ ਨਿਊਜ਼ ਵਿੱਚ ਰਿਹਾ ਸੀ ਸੋ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਨੈਕਸਟ ਹੁਣ ਆਪਾਂ ਗੱਲ ਕਰਦੇ ਹਾਂ ਰਿਗਾਰਡਿੰਗ ਵਿਯੋਮ ਮਿੱਤਰ ਇਹਦੇ ਉੱਪਰ ਪੂਰੀ ਇੱਕ ਸਪੈਸ਼ਲ ਵੀਡੀਓ ਬਣਾਈ ਹੋਈ ਹੈ ਸੋ ਨੂੰ ਜ਼ਰੂਰ ਦੇਖੋ ਬਿਕੋਜ਼ ਇਹਦੇ ਫੁੱਲ ਚਾਂਸਸ ਐ ਇਗਜ਼ਾਮਸ ਦੇ ਵਿੱਚ ਆਉਂਦੇ ਜਿਹੜੇ ਵੀ ਤੁਸੀਂ ਆਉਣ ਵਾਲੇ ਟਾਈਮ 'ਚ ਦੇਨੇ ਆ ਸੋ ਉਹ ਵੀਡੀਓ ਨੂੰ ਦੇਖਿਓ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਵੀ ਮਿਲ ਜਾਊਗਾ ਤੇ ਬਾਕੀ ਪਲੇਲਿਸਟ ਸੈਕਸ਼ਨ 'ਚ ਵੀ ਮਿਲ ਜਾਊ ਥੈਨ ਨੈਕਸਟ ਕਰੰਟ ਅਫੇਅਰ ਹੈ ਰਿਗਾਰਡਿੰਗ ਇੰਟਰਨੈਸ਼ਨਲ ਸਮਿਟ ਆਨ ਔਮਨ ਇਨ ਸਟੈਮ ਹੁਣ ਸਟੈਮ ਦਾ ਮਤਲਬ ਕੀ ਹੈ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਐਂਡ ਮੈਥਮੈਟਿਕਸ ਓਕੇ ਹੁਣ ਜਿਹੜੀ ਇੰਟਰਨੈਸ਼ਨਲ ਸਮਿਟ ਹੈ ਔਮਨ ਤੇ ਇਨ ਸਟੈਮ ਉਹ ਕਿਨੇ ਆਰਗੇਨਾਈਜ਼ ਕੀਤੀ ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਨੇ ਤੇ ਦਾ ਥੀਮ ਕੀ ਸੀ ਵਿਜ਼ੂਅਲਾਈਜ਼ਿੰਗ ਦਾ ਫਿਊਚਰ ਥੈਟ ਇਜ਼ ਨਿਊ ਸਕਾਈਲਾਈਨਸ ਓਕੇ ਇਹਦੇ ਬਾਰੇ ਬਸ ਥੋੜਾ ਜਿਹਾ ਦੇਖ ਲਿਓ ਕੁਝ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੇ ਥੈਨ ਨੈਕਸਟ ਕਰੰਟ ਅਫੇਅਰ ਇੰਪੋਰਟੈਂਟ ਹੈ ਰਿਗਾਰਡਿੰਗ ਜੀ ਸੈਟ 30 ਸੈਟੇਲਾਈਟ ਓਕੇ ਇਹ ਨਿਊਜ਼ ਚ ਕਿਉਂ ਹੈ ਬਿਕੋਜ਼ ਇਸਰੋ ਨੇ ਨੂੰ ਲਾਂਚ ਕੀਤਾ ਹੈ ਕਿਹੜੇ ਲਾਂਚ ਵਹੀਕਲ ਦਾ ਯੂਜ਼ ਕੀਤਾ ਗਿਆ ਹੈ ਇਹਨੂੰ ਲਾਂਚ ਕਰਨ ਦੇ ਲਈ ਏਰੀਅਨ 5 ਕਿੱਥੋਂ ਕੀਤਾ ਗਿਆ ਕੋਰੀਓ ਤੋਂ ਓਕੇ ਏ ਬੇਸਿਕਲੀ ਇੱਕ ਤਰ੍ਹਾਂ ਦੀ ਕਮਿਊਨੀਕੇਸ਼ਨ ਸੈਟੇਲਾਈਟ ਹੈ ਜਿਹੜੀ ਕਿ ਇਨਸੈਟ 4ਏ ਨੂੰ ਰਿਪਲੇਸ ਕਰੋਗੀ ਸੋ ਇਹ ਸਾਰੀਆਂ ਡਿਟੇਲਸ ਜੋ ਵੀ ਮੈਂ ਤੁਹਾਨੂੰ ਦੱਸੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਨੈਕਸਟ ਇੱਕ ਅਜਿਹਾ ਨੇ ਹੋਰ ਕੰਮ ਕਰਨਾ ਹੈ ਜਿਹੜਾ ਕੋਰਿਉ ਹੈ ਇਹਦੀ ਤੁਸੀਂ ਲੋਕੇਸ਼ਨ ਦੇਖਣੀ ਹੈ ਮੈਪ ਦੇ ਉੱਪਰ ਜਾ ਕੇ ਵਰਲਡ ਮੈਪ ਤੇ ਵੀ ਇਹਦੀ ਲੋਕੇਸ਼ਨ ਕਿੱਥੇ ਹੈ ਕਿਉਂਕਿ ਕਾਫੀ ਇੰਪੋਰਟੈਂਟ ਹੈ ਨਿਊਜ਼ 'ਚ ਵੀ ਰਹਿੰਦੀ ਹੈ ਪਲੇਸ ਸੋ ਇਹਦੀ ਲੋਕੇਸ਼ਨ ਜ਼ਰੂਰ ਚੈੱਕ ਕਰਿਓ ਔਰ ਤੋਂ ਬਾਅਦ ਸੈਵਨਥ ਕਰੰਟ ਅਫੇਅਰ ਹੈ ਰਿਗਾਰਡਿੰਗ ਆਈ ਡੀ ਆਰ ਐਸਐਸ ਇੰਡੀਆ ਡਾਟਾ ਰਿਲੇ ਸੈਟੇਲਾਈਟ ਸਿਸਟਮ ਇਹ ਹੈ ਕਿ ਇਹ ਬੇਸਿਕਲੀ ਇੱਕ ਤਰੀਕੇ ਦਾ ਨਿਊ ਸੈਟੇਲਾਈਟ ਸੀਰੀਜ਼ ਹੈ ਠੀਕ ਹੈ ਜਿਹਨੂੰ ਸੈਟ ਅਪ ਕਰਨ ਦੇ ਪਿੱਛੇ ਕੀ ਰੀਜ਼ਨ ਹੈ ਕਿ ਜਿਹੜੀਆਂ ਵੀ ਇੰਡੀਆ ਦੇ ਸਪੇਸ ਦੇ ਵਿੱਚ ਐਸੈਟਸ ਹੈ ਮੀਨਸ ਜਿੰਨੇ ਵੀ ਸੈਟੇਲਾਈਟਸ ਹੈ ਇੰਡੀਆ ਦੇ ਉਹਨਾਂ ਸਭ ਦੇ ਵਿੱਚ ਆਪਸ ਵਿੱਚ ਕਮਿਊਨੀਕੇਸ਼ਨ ਰਹੇ ਤਾਂ ਉਹਦੇ ਲਈ ਇਹ ਨਿਊ ਜਿਹੜਾ ਸਿਸਟਮ ਆ ਉਹਨੂੰ ਡਿਵੈਲਪ ਕੀਤਾ ਗਿਆ ਓਕੇ ਇਟ ਵਿਲ ਟਰੈਕ ਇੰਡੀਅਨ ਸੈਟੇਲਾਈਟਸ ਇਨ ਲੋ ਅਰਥ ਆਰਬਿਟਸ ਓਕੇ ਦੈਨ ਨੈਕਸਟ ਹੈ 8th கரنٹ अफेयर रिगार्डिंग इंडियन साइंस कॉन्ग्रेंस 107th ਜਿਹੜੀ इंडियन साइंस कॉन्ਗਰੰਸ ਆ オーਗਨਾਈਜ਼ ਕੀਤੀ ਗਈ ਸੋ ਕਿੱਥੇ ਹੋਈ ਬੈਂਗਲੁਰੂ ਦੇ ਵਿੱਚ ਹੁਣ ਤੁਹਾਡਾ ਇੱਕ ਹੋਰ ਕੰਮ ਹੈ ਜਿਹੜੀ ਇਹ ਸัมਮਿਟ ਹੋਈ ਹੈ ਇਹਦਾ ਤੁਸੀਂ ਥੀਮ ਚੈੱਕ ਕਰਨਾ ਬਿਕੋਜ਼ ਇਹਦਾ ਥੀਮ ਨਾ ਪੇਪਰ ਚ ਕਾਫੀ ਵਾਰ ਪੁੱਛਿਆ ਗਿਆ ਸੋ ਮੈਂ ਚਾਹਨੀ ਹੈ ਕਿ ਤੁਸੀਂ ਖੁਦ ਸਰਚ ਕਰੋ ਬਿਕੋਜ਼ ਅਗਰ ਆਪਾਂ ਕੋਈ ਚੀਜ਼ ਖੁਦ ਸਰਚ ਕਰਦੇ ਆ ਨਾ ਉਹ ਹਮੇਸ਼ਾ ਆਪਾਂ ਨੂੰ ਯਾਦ ਰਹਿੰਦੀ ਹੈ ਸੋ ਥੀਮ ਜ਼ਰੂਰ ਇਹਦਾ ਚੈੱਕ ਕਰਿਓ ਕੀ ਹੈ ਓਕੇ ਤੇ ਨਿਊਜ਼ ਕਿਉਂ ਹੈ ਇੱਕ ਤਾਂ ਆਰਗੇਨਾਈਜ਼ ਹੋਈ ਇਸ ਲਈ ਸੈਕਿੰਡ ਇਹਦੇ ਵਿੱਚ ਇੱਕ ਹੋਰ ਚੀਜ਼ ਤੁਸੀਂ ਯਾਦ ਰੱਖਣੀ ਹੈ ਆਈ ਸਟੈਂਪ ਪੋਰਟਲ ਉਹਨੂੰ ਲਾਂਚ ਕੀਤਾ ਗਿਆ ਇਸ ਦੇ ਦੌਰਾਨ ਇਹ ਹੈ ਕਿ ਆਈ ਆਈ ਸਟੈਂਪ ਪੋਰਟਲ ਅਗਰ ਆਪ ਇਹਦੀ ਫੁੱਲ ਫਾਰਮ ਦੇਖੀਏ ਇੰਡੀਅਨ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਫੈਸਿਲਿਟੀਆਂ ਮੈਪ ਓਕੇ ਇਟ ਵਿਲ ਐਕਟ ਐਸ ਗੇਟਵੇ ਫਾਰ ਰਿਸਰਚਰਸ ਐਂਡ ਯੂਜ਼ਰਸ ਟੂ ਲੋਕੇਟ ਫੈਸਿਲਿਟੀਆਂ ਥੈਟ ਆਰ ਰਿਕੁਆਇਰਡ ਫਾਰ देयर ਰਿਸਰਚ ਐਂਡ ਡਿਵੈਲਪਮੈਂਟ ਵਰਕ यह काम क्यों होगा रिसर्चरस यूजर्स की हैल्प करना कि वह लोकेट कर सकन के उन्होंने प्रॉपर फैसिलिटीज़ रिसर्च से डिवेलपमेंट करके दैन अज का लास्ट करंट अफेयर है रिगार्डिंग लीगो ठीक है लीगो न्यूज़ क्यों है बिकॉज लीगो ने सैकंड टाइम ग्रैविटेनल वेवस न डिटैक्ट किया लीगो की फुलफॉर्म काफ़ी इंपॉर्टेंट है लेजर इन फैरो ग्रेविटेनल वेव ऑबजरवेटरी ਜਿਹੜੀ ਆਬਜ਼ਰਵੇਟਰੀ ਹੈ ਬੇਸਿਕਲੀ ਯੂਐਸ ਦੇ ਵਿੱਚ ਹੈ ਐਲ ਸ਼ੇਪ ਦੀ ਹੈ ਕਿਹੜੀ ਕਿਹੜੀ ਜਗ੍ਹਾ ਲਿਵਿੰਗਸਟਨ ਹੈਂਫੋਰਡ ਲੂਸੀਆਨਾ ਓਕੇ ਦੈਨ ਅਗਰ ਆਪਾਂ ਇੰਡੀਆ ਦੀ ਗੱਲ ਕਰੀਏ ਕਿ ਇੰਡੀਆ ਦੇ ਵਿੱਚ ਆਉਣ ਵਾਲੇ ਟਾਈਮ 'ਚ ਤੁਹਾਨੂੰ ਲੀਗੋ ਕਿੱਥੇ ਦੇਖਣ ਨੂੰ ਮਿਲ ਸਕਦੀ ਹੈ ਮਹਾਰਾਸ਼ਟra ਦੇ ਵਿੱਚ ਦੈਨ ਅਗਰ ਆਪਾਂ ਗ੍ਰੈਵਿਟੇਸ਼ਨਲ ਵੇਵਜ਼ ਦੀ ਗੱਲ ਕਰੀਏ ਜਿਹੜੀ ਗ੍ਰੈਵਿਟੇਸ਼ਨਲ ਵੇਵਜ਼ ਹਨ ਉਹ ਕਦੋਂ ਫਾਰਮ ਹੁੰਦੀਆਂ ਨੇ ਜਦੋਂ ਐਕਸਪਲੋਡਿੰਗ ਸਟਾਰਸ ਨਿਊਟਰਨ ਸਟਾਰਸ ਜਾਂ ਫਿਰ ਬਲੈਕ ਹੋਲਸ ਦੀ ਆਪਸ ਦੇ ਵਿੱਚ ਕੋਲੀਜ਼ਨ ਹੁੰਦੀ ਹੈ ਤਾਂ ਉਹਦੇ ਦੌਰਾਨ ਜਿਹੜੀ ਗ੍ਰੈਵਿਟੇਸ਼ਨਲ ਵੇਵਜ਼ ਆ ਉਹ ਫਾਰਮ ਹੁੰਦੀਆਂ ਨੇ ਓਕੇ ਅੱਜ ਦਾ ਲੈਕਚਰ ਦੇਖੋ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਤੇ ਉਹਦੇ ਵਿੱਚ ਲਰਨ ਕਰਨ ਵਾਲਾ ਪਾਰਟ ਜ਼ਿਆਦਾ ਹੈ ਸੋ ਤੁਸੀਂ ਇਹ ਪੀਡੀਐਫ ਨੂੰ ਜ਼ਰੂਰ ਪੜੋ ਅੱਛੇ ਤਰੀਕੇ ਨਾਲ ਯਾਦ ਕਰਨ ਦੀ ਕੋਸ਼ਿਸ਼ ਕਰੋ ਇਹਨੂੰ बार-बार ਰਿਮਾਈਂਡ ਜ਼ਰੂਰ ਕਰਦੇ ਰਹਿਓ ਜਿਹੜੇ ਮੈਂ ਤੁਹਾਨੂੰ ਚੀਜ਼ ਦੱਸੀ ਸੀ ਓਕੇ ਸੋ ਅੱਜ ਤੇ ਲਈ ਇੰਨਾ ਹੀ ਬਾਕੀ ਜਿਹੜੇ ਕਰੰਟ ਅਫੇਅਰਸ ਬਚ ਗਏ ਉਹ ਨੈਕਸਟ ਪਾਰਟ ਦੇ ਵਿੱਚ ਡਿਸਕਸ ਕਰਾਂਗੇ ਥੈਂਕ ਯੂ ਸੋ ਮੱਚ